ਦੋਸਤੋ, ਕਰੋਨਾ ਵਾਇਰਸ ਦਾ ਜਿਹੜਾ ਚੱਲ ਰਿਹਾ ਹੈਗਾ ਅਟੈਕ ਜਿਹਾ ਆ ਗਿਆ ਹੈ ਨਾ, ਇੰਡੀਆ ਦੇ ਵਿੱਚ ਵੀ ਹੋ ਗਿਆ। ਥੋੜ੍ਹਾ ਜਿਹਾ ਮੈਂ ਇਹਨੂੰ ਸਟੱਡੀ ਕਰ ਰਿਹਾ ਸੀਗਾ ਅਤੇ ਉਹਦੇ 'ਚ ਲਿਖਿਆ ਵੀ ਇਹ ਵਿਗੜਿਆ ਹੋਇਆ ਨਮੂਨੀਆ, ਨਮੂਨੀਆ ਜਿਹਦੇ 'ਚ ਛਾਤੀ ਦੇ ਵਿੱਚ ਬਲਗਮ ਜੰਮ ਜਾਂਦੀ ਹੈ। ਪਿਛਲੇ ਸਾਲ ਮੇਰੇ ਬੱਚੇ ਨੂੰ, 1 ਸਾਲ ਦਾ ਬੱਚਾ ਹੈ, ਉਹਨੂੰ ਇਹ ਨਮੂਨੀਆ ਹੋਇਆ, ਸੋਰੀ ਨਮੂਨੀਆ ਹੋਇਆ ਸੀ। ਅਤੇ ਸਾਡੇ ਜਿਵੇਂ ਨਾਨਾ ਜੀ ਵੈਦ ਰਹੇ ਹੈ, ਦਾਦਾ ਜੀ ਵੀ ਸਾਡੇ ਰਹੇ ਹੈ, ਉਹਨਾਂ ਨੇ ਸਾਨੂੰ, ਉਹਨਾਂ ਤੋਂ ਜਿਵੇਂ ਅੱਗੇ ਅੱਗੇ ਪਤਾ ਚੱਲਦਾ ਰਿਹਾ ਅਤੇ ਸਾਨੂੰ ਇਹ ਪਤਾ ਲੱਗਿਆ ਵੀ ਜੇ ਆਪਾਂ ਛਾਤੀ 'ਤੇ ਲੋਗੜ ਲਾ ਦਈਏ ਤਾਂ ਜਿਹੜੀ ਬਲਗਮ ਜੰਮੀ ਹੁੰਦੀ ਹੈ ਉਹ ਬਹੁਤ ਜਲਦੀ ਨਿਕਲ ਕੇ ਬਾਹਰ ਆ ਜਾਂਦੀ ਹੈ। ਮੈਡੀਸਨ ਅਸੀਂ ਦਵਾਈ ਸੀ ਅਤੇ ਮੈਨੂੰ ਨਹੀਂ ਪਤਾ ਇਹਦੇ ਨਾਲ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟ ਉਹਨਾਂ ਨੂੰ ਕੋਈ ਰਿਲੀਫ ਮਿਲੂ ਜਾਂ ਨਹੀਂ ਮਿਲੂ, ਬਟ ਜੇ ਇਹ ਐਕਸਪੈਰੀਮੈਂਟ ਐਜ਼ ਅ ਐਕਸਪੈਰੀਮੈਂਟ ਹੀ ਹੈ, ਕਿਉਂਕਿ ਆਪਣੇ ਕੋਲ ਇਹਦੀ ਕੋਈ ਦਵਾਈ ਤਾਂ ਹੈ ਨਹੀਂ ਗੀ। ਜਿਹੜੀ ਰਿਐਲਿਟੀ ਹੈ, ਜਿਹੜੇ ਪੇਸ਼ੈਂਟਸ ਜਾਂਦੇ ਵੀ ਆ ਹੋਸਪਿਟਲਸ 'ਚ, ਉਹਨਾਂ ਨੂੰ ਕੋਈ ਮੈਡੀਸਨ ਦੇ ਨਹੀਂ ਸਕਦੇ, ਕਿਉਂਕਿ ਕਿਹੜੀ ਮੈਡੀਸਨ ਦਾ ਕੀ ਇਫੈਕਟ ਹੋ ਰਿਹਾ ਹਜੇ ਤੱਕ ਇਹ ਆਪਾਂ ਨੂੰ ਕਲੀਅਰ ਨਹੀਂ ਹੈ। ਅਤੇ ਜੇ ਆਪਾਂ ਛਾਤੀ ਦੇ ਉੱਤੇ ਲੋਗੜ ਲਾ ਦਈਏ, ਲੋਗੜ ਉਹ ਚੀਜ਼ ਹੈ ਜਿਹੜਾ ਕਾਟਨ ਸਰਾਣੇ ਜਾਂ ਗੱਦੇ ਦੇ ਵਿੱਚ ਥੋੜ੍ਹੀ ਜਿਹੀ ਪ੍ਰੈਸ ਹੋ ਜਾਂਦੀ ਹੈ, ਜੇ ਆਪਾਂ ਉਹ ਬੱਚੇ ਦੀ ਪੇਸ਼ੈਂਟ ਦੀ ਛਾਤੀ ਦੇ ਨਾਲ ਲਾ ਦਈਏ, ਲਾਈਕ ਆਹ ਥਾਂ ਦੇ ਉੱਤੇ ਥੱਲੇ ਤੱਕ ਜਿੱਥੇ ਤੱਕ ਆਪਣੇ ਫੇਫੜੇ ਹੁੰਦੇ ਆ ਉੱਥੋਂ ਤੱਕ ਲਾ ਦਈਏ, ਮੇ ਬੀ, ਮੈਂ ਇਹਨੂੰ ਪੁਸ਼ਟੀ ਨਹੀਂ ਕਰਦਾ, ਮੈਂ ਇਹਨੂੰ ਇਹ ਨਹੀਂ ਕਹਿੰਦਾ ਵੀ ਮੈਂ ਮੈਡੀਸਨ ਦੇ ਰਿਹਾ ਜਾਂ ਕੁਛ ਵੀ, ਬਟ ਮੇ ਬੀ ਇਹ ਕੰਮ ਕਰ ਜੇ। ਲਾਸਟ ਈਅਰ ਜਦੋਂ ਮੇਰੇ ਬੱਚੇ ਨੂੰ ਹੋਈ ਸੀ ਤਾਂ ਅਸੀਂ ਇਹੀ ਟੈਕਨੀਕ ਯੂਜ਼ ਕੀਤੀ ਸੀ, ਜਿਹੜਾ ਤਾਂ ਸੀਗਾ ਪ੍ਰੋਬਲਮ, ਮੇ ਬੀ ਉਹ ਦਵਾਈ ਨਾਲ ਠੀਕ ਹੋਈ ਹੋਵੇ, ਬਟ ਜਦੋਂ ਅਸੀਂ ਇਹ ਲੋਗੜ ਲਾਤਾ ਸੀ ਤਾਂ ਜਿਹੜੀ ਕਫ ਅੰਦਰ ਲੋਕ ਸੀਗੀ ਉਹ ਸਾਰੀ ਬਹੁਤ ਹੀ, ਯਾਨੀ ਕਿ 3 ਘੰਟੇ ਸਾਨੂੰ ਰਿਜ਼ਲਟ ਦਿਖਣ ਲੱਗ ਗਿਆ ਸੀਗਾ, ਅਤੇ ਉਹ ਉਸ ਟਾਈਮ ਤੱਕ ਅਸੀਂ ਹਜੇ ਦਵਾਈ ਲਿੱਤੀ ਨਹੀਂ ਸੀ। ਤਾਂ ਮੇਰੀ ਰਿਕੁਐਸਟ ਹੈ ਵੀ ਜੇ ਇਹ ਵੀਡੀਓ ਕਿਸੇ ਪੇਸ਼ੈਂਟ ਤੱਕ ਪਹੁੰਚੇ, ਪੇਸ਼ੈਂਟ ਨੂੰ ਟ੍ਰੀਟ ਕਰਨ ਵਾਲੇ ਤੱਕ ਪਹੁੰਚੇ, ਤਾਂ ਉਹ ਇਹ ਪਲੀਜ਼ 3 ਦਿਨ ਇਹ ਐਕਸਪੈਰੀਮੈਂਟ ਕਰਕੇ ਦੇਖੇ, ਮੇ ਬੀ ਰਿਜ਼ਲਟ ਆ ਜਾਏ ਅਤੇ ਆਪਣੇ ਲੱਖਾਂ ਜਾਨਾਂ ਮੇ ਬੀ ਬਚ ਜਾਣ। ਮੈਂ ਇਹਨੂੰ ਫਿਰ ਕਹਿ ਰਿਹਾ, ਮੈਂ ਇਹਨੂੰ ਸ਼ੋਰਟੀ ਇਹਦੀ ਗਰੰਟੀ ਨਹੀਂ ਦੇ ਰਿਹਾ ਵੀ ਇਹ ਕੋਈ ਮੈਡੀਸਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਲੱਭ ਗਿਆ, ਕਿਉਂਕਿ ਮੇਰੇ ਕੋਲ ਕੋਈ ਪੇਸ਼ੈਂਟ ਨਹੀਂ ਹੈ। ਮੈਂ ਨਹੀਂ ਕਹਿੰਦਾ ਵੀ ਪਿਆਜ਼ ਅਤੇ ਲੂਣ ਪਾ ਕੇ ਖਾ ਲਓ ਅਤੇ ਉਹ ਠੀਕ ਹੋ ਜੂਗਾ, ਆਪਣੇ ਕੋਲ ਇਹਦਾ ਕੋਈ ਹੱਲ ਨਹੀਂ ਹੈਗਾ ਹਜੇ ਤੱਕ, ਠੀਕ ਹੈ। ਤਾਂ ਇਹਨੂੰ ਇੱਕ ਵਾਰ ਐਜ਼ ਅ ਐਕਸਪੈਰੀਮੈਂਟ ਜੇ ਉਹ ਚੈੱਕ ਕਰ ਸਕਦੇ, ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ, ਸਾਈਡ ਇਫੈਕਟ ਸਿਰਫ ਇੰਨਾ ਕੁ ਹੋ ਸਕਦਾ ਵੀ ਨੱਕ 'ਚੋਂ ਖੂਨ ਆਉਣ ਲੱਗ ਜਾਏ, ਨਕਸੀਰ ਕਹਿ ਦਿੰਦੇ ਉਹਨੂੰ, ਤਸੀਹ ਗਰਮ ਹੋ ਜਾਂਦੀ ਹੈ। ਤਾਂ ਤੁਸੀਂ ਇਹ ਚੀਜ਼ ਕਰਕੇ ਇੱਕ ਵਾਰ ਜੇ ਹੁੰਦੇ ਹੋਏ ਤਾਂ ਮੇ ਬੀ ਕਈ ਲੋਕਾਂ ਦੀ ਜਾਨ ਬਚ ਸਕਦੀ ਹੈਗੀ ਹੈ। ਨੋਰਮਲ ਖੰਘ ਦੇ ਵਿੱਚ ਵੀ ਮੈਂ ਇਸ ਸਾਲ ਵੀ ਮੇਰੇ ਬੱਚੇ ਨੂੰ ਖਾਂਸੀ ਹੋਈ ਸੀ, ਜਦੋਂ ਹੀ ਖਾਂਸੀ ਹੋਈ ਅਸੀਂ ਕੋਈ ਮੈਡੀਸਨ ਨਹੀਂ ਦਿੱਤੀ, ਸਿਰਫ ਛਾਤੀ ਦੇ ਉੱਤੇ, ਚੈਸਟ ਦੇ ਉੱਤੇ ਲੋਗੜ ਲਾਤਾ ਸੀਗਾ। ਲੋਗੜ ਨੋਰਮਲੀ ਹੁੰਦਾ ਜਿਵੇਂ ਆਹ ਮੇਰੇ ਕੋਲ ਇੱਕ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਖਿਲੋਣਾ, ਇੱਥੇ ਇਸ ਜਗ੍ਹਾ 'ਤੇ, ਇਸ ਜਗ੍ਹਾ 'ਤੇ ਉਹਦੇ ਵਿੱਚ ਅਸੀਂ ਕੋਟਨ ਲਾ ਕੇ ਉੱਪਰ ਦੇ ਬਨੈਨ ਪਾ ਦਿੰਦੇ ਸੀਗੇ ਅਤੇ ਉਹਦੇ ਨਾਲ ਹੀ ਕਾਫੀ ਰਿਲੈਕਸ, ਯਾਨੀ ਕਿ ਜਿਹੜਾ ਰਿਲੈਕਸੇਸ਼ਨ ਮਿਲੀ ਬੱਚੇ ਨੂੰ, ਅਤੇ ਪੋਟੀ ਰਾਹੀਂ ਅਤੇ ਮੂੰਹ ਰਾਹੀਂ ਦੋਨਾਂ ਰਾਹੀਂ ਬਲਗਮ ਨਿਕਲੀ। ਬੱਚਾ ਸੀ ਤਾਂ ਮੂੰਹ ਰਾਹੀਂ ਜ਼ਿਆਦਾ ਨਹੀਂ ਕੱਢ ਪਾਇਆ, ਬਟ ਪੋਟੀ ਰਾਹੀਂ ਕਾਫੀ ਜ਼ਿਆਦਾ ਬਲਗਮ ਨਿਕਲੀ। ਮੈਂ ਵੀਡੀਓ ਸ਼ੇਅਰ ਕਰਨ ਨੂੰ ਵੀ ਨਹੀਂ ਕਹਿੰਦਾ, ਲਾਈਕ ਕਰਨ ਨੂੰ ਵੀ ਨਹੀਂ ਕਹਿੰਦਾ, ਸਭ ਕੁਛ ਨਹੀਂ ਹੈ, ਇਹ ਇੱਕ ਜਸਟ ਮੈਸੇਜ ਹੈ ਜੇ ਉਸ ਬੰਦੇ ਤੱਕ ਪਹੁੰਚੇ ਜਿਹੜਾ ਬੰਦਾ ਟ੍ਰੀਟਮੈਂਟ ਕਰ ਰਿਹਾ। ਥੈਂਕ ਯੂ।